ਤੁਹਾਡੇ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਉਹデア ਦਾਖਲਾ ਪਿੱਛੇ ਤੇ ਅਰੀਦੀਨ ਆਪਾਂ ਮੋਕ ਟੈਸਟ R525 ਦੇ 13 ਨੰਬਰ ਸਵਾਲ ਦੇ ਉੱਤੇ ਆ ਗਏ ਮਾਨਸਿਕ ਯੋਗਤਾ ਦੇ ਤਾਂ ਬੇਟਾ ਇਹ ਜਿਹੜਾ ਹੈਗਾ ਚੌਥਾ ਭਾਗ ਹੈਗਾ ਉਹਦੇ ਵਿੱਚੋਂ ਦੱਸਦਾ ਪਿਆ ਵੀ ਆ ਜਿਹੜੀ ਪ੍ਰੈਸ਼ਨ ਐ ਕਿਰਤੀਆਂ ਦਿੱਤੀਆਂ ਹੋਈਆਂ ਇਹਦੇ ਵਿੱਚ ਕਹਿੰਦਾ ਵੀ ਇਹ ਇੱਕ ਕ੍ਰਮ ਦੇ ਵਿੱਚ ਆ ਚਾਰੇ ਤਿੰਨੇ ਜਿਹੜੀਆਂ ਹੈਗੀਆਂ ਚੌਥੇ ਕ੍ਰਮ ਵਿੱਚ ਕਿਹੜੀ ਕਿਰਤੀ ਬਣੂਗੀ ਠੀਕ ਹੈ ਤੇ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਇਸ 13 ਨੰਬਰ ਸਵਾਲ ਨੂੰ ਆ ਜਿਹੜੀ ਹੈ ਬੇਟਾ ਏ ਕਲॉकवाइज ਹੈ ਜਿਹੜੀ ਘੁੰਮ ਰਹੀ ਆ ਅਕਿਰਤੀ ਹੈ ਜਿਹੜੀ ਠੀਕ ਹੈ ਜਾਂ ਕਹਿ ਲਓ ਵੀ ਇੱਕ ਇਨਸਾਨ ਜਾਂ ਉਹਦਾ ਚਿਹਰਾ ਬਣਿਆ ਹੋਇਆ ਜਿਹੜਾ ਟ੍ਰਾਇੰਗਲ ਤੇ ਜ਼ੀਰੋ ਲੱਗੀ ਜੋ ਮਰਜ਼ੀ ਸੋਚ ਲਓ ਇਹ ਇੰਜ ਨੂੰ ਘੁੰਮ ਰਹੀ ਹੈ ਠੀਕ ਹੈ ਤਾਂ ਅੱਗੇ ਬੇਟਾ ਐਰੋ ਆ ਜਿਹੜਾ ਐਰੋ ਜੇ ਇਹ ਇੰਜ ਨੂੰ ਘੁੰਮਦੀ ਤੇ ਐਰੋ ਮੂੰਹ ਚੇਂਜ ਕਰ ਲੈਂਦਾ ਇੰਜ ਨੂੰ ਜਦੋਂ ਇਹ ਉੱਤੇ ਨੂੰ ਜਾਂਦੀ ਹੈ ਤਾਂ ਐਰੋ ਮੂੰਹ ਚੇਂਜ ਕਰ ਰਿਹਾ ਠੀਕ ਹੈ ਇੱਕ ਵਾਰੀ ਇੰਜ ਇੱਕ ਵਾਰੀ ਇੰਜ ਐਰੋ ਮੂੰਹ ਚੇਂਜ ਕਰਦਾ ਪਿਆ ਹੁਣ ਆਹ ਕਿਰਤੀ ਹੈ ਜਿਹੜੀ ਇਧਰ ਨੂੰ ਆਜੂਗੀ ਠੀਕ ਹੈ ਤੇ ਐਰੋ ਵੈਸੇ ਦਾ ਮੂੰਹ ਐਨ ਨੂੰ ਹੋਣਾ ਚਾਹੀਦਾ ਪਰ ਇਹਦਾ ਮੂੰਹ ਉੱਪਰ ਨੂੰ ਚਲ ਜੂਗਾ ਠੀਕ ਹੈ ਬੇਟਾ ਤਾਂ ਆਹ ਜਿਹੜੀ A1 ਕਰਤੀ ਹੈ ਇਹ ਬਿਲਕੁਲ ਇਹਦਾ ਰਾਈਟ ਆਨਸਰ ਬਣਦਾ ਪਿਆ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਧਿਆਨ ਦੇ ਨਾਲ ਦੇਖੋ ਇਹ ਬੇਟਾ ਕਲॉकवाइज ਘੁੰਮ ਰਹੀ ਹੈ ਕਰਤੀ ਪਰ ਕੀ ਹੈ ਵੀ ਐਰੋ ਜਿਹੜਾ ਐਰੋ ਬਣਿਆ ਐਰੋ ਮੂੰਹ ਚੇਂਜ ਕਰ ਲੈਂਦਾ ਹੈ ਇਧਰੋਂ ਐਨ ਨੂੰ ਫੇਰ ਇਹ ਥੱਲੇ ਨੂੰ ਐਰੋ ਫੇਰ ਸਿੱਧਾ ਗਿਆ ਫੇਰ A ਦਾ ਮੂੰਹ E ਨੂੰ ਆ ਜਾਊਗਾ ਕਲੌਕਵਾਇਜ਼ ਘੁੰਮਦੀ ਹੋਈ ਘੜੀ ਦੀਆਂ ਸੂਈਆਂ ਵਾਂਗੂ ਤੇ ਪਰ ਐਰੋ ਦਾ ਮੂੰਹ ਆ ਜਿਹੜਾ ਉਹ ਚੇਂਜ ਹੋ ਜਾਊਗਾ 0 ਬਾਹਰਲੇ ਪਾਸੇ ਹੀ ਰਹੂਗੀ ਠੀਕ ਹੈ ਬੇਟਾ ਤਾਂ ਬੇਟਾ ਆਹਾ ਜਿਹੜੀ ਹੈਗੀ ਹੈ B1 ਸਾਡੀ ਰਾਈਟ ਆਨਸਰ ਬਣਦਾ ਪਿਆ ਮੇਰਾ ਖਿਆਲ ਹੈ ਤੁਸੀਂ ਬੇਟਾ ਨਾਲ ਦੀ ਨਾਲ ਅੰਡਰਸਟੈਂਡਿੰਗ ਬਣ ਜਾਂਦੀ ਕੋਈ ਔਖਾ ਕੰਮ ਨਹੀਂ ਹੈਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਸਵਾਲ ਨੰਬਰ 15 ਦੇ ਵਿੱਚ ਬੇਟਾ ਆਹਾਂ x ਬਣਿਆ ਹੋਇਆ ਤੇ ਆਹਾਂ ਸਾਈਨ ਇੱਕ ਮਾਈਨਸ ਦਾ ਸਾਈਨ ਆਪਾਂ ਕਹਿ ਸਕਦੇ ਹਾਂ ਇਹ ਪਹਿਲਾਂ ਥੱਲੇ ਆ ਗਿਆ ਠੀਕ ਹੈ ਇਹ ਥੱਲੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ ਇੱਧਰ ਨੂੰ ਆ ਗਿਆ ਠੀਕ ਹੈ ਹੁਣ ਇਸ ਤੋਂ ਬਾਅਦ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਬੇਟਾ ਕੀ ਹੋਊਗਾ ਪਹਿਲਾਂ x ਮੂਵ ਕਰਦਾ ਹੈ ਠੀਕ ਹੈ ਫਿਰ ਆਹ ਮੂਵ ਕਰਦੀ ਹੈ x ਥੱਲੇ ਨੂੰ ਆ ਕੇ ਇਸ ਰੇਖਾ ਨੂੰ ਕੱਟ ਦੂਗਾ ਇੱਥੋਂ ਇੱਥੇ ਆਇਆ ਇੱਥੋਂ ਇੱਥੇ ਆਜੂਗਾ ਇਸ ਰੇਖਾ ਨੂੰ ਕੱਟ ਜੂਗਾ ਤਾਂ ਬੇਟਾ ਇਹ ਸੈਂਟਰ ਦੇ ਵਿੱਚ ਇੱਥੇ ਆ ਵਾਲਾ ਕੁਐਸਚਨ ਆਨਸਰ ਹੈ ਜਿਹੜਾ ਰਾਈਟ ਆਨਸਰ ਬਣੂਗਾ ਕੁਐਸਚਨ ਇਹਦਾ ਡੀ 15ਵਾਂ ਇਹਦਾ ਡੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 A B C D E F G H I ਇਹਦੇ ਵਿੱਚ ਬੇਟਾ ਇੱਕ ਸਿਮੈਟਰੀ ਆ ਪਹਿਲਾਂ ਕੈਪੀਟਲ ਲੈਟਰ ਇੱਥੇ ਆਇਆ ਹੈ ਨਾ ਇਹ ਬਾਕੀ ਲੜੀ ਚੱਲ ਰਹੀ ਹੈ ਕੈਪੀਟਲ ਲੈਟਰ ਹੈ ਜਿਹੜਾ ਆਪਾਂ ਇੱਥੋਂ ਇੱਥੇ ਫਿਰ ਇੱਥੇ ਫਿਰ ਇੱਥੋਂ ਇੱਥੇ ਆ ਜਾਊਗਾ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਠੀਕ ਹੈ ਬੇਟਾ ਤਾਂ ਇਹਦੇ ਵਿੱਚ ਕੀ ਹੈ ਜੇ ਕੈਪੀਟਲ ਆਉ ਪਹਿਲਾਂ ਇੱਥੋਂ ਇੱਥੇ ਆ ਗਿਆ ਇੱਥੋਂ ਇੱਥੇ ਇੱਥੇ ਇਹ ਮਤਲਬ ਪਹਿਲਾਂ ਇੱਥੇ ਫਿਰ ਸੈਂਟਰ ਦੇ ਵਿੱਚ ਕੈਪੀਟਲ ਫਿਰ ਸਾਈਡ ਦੇ ਉੱਤੇ ਕੈਪੀਟਲ ਲੈਟਰ ਤਾਂ ਇਸ ਤੋਂ ਬਾਅਦ ਦੇ ਵਿੱਚ ਬੇਟਾ ਆਈ ਕੈਪੀਟਲ ਆ ਉਸ ਤੋਂ ਬਾਅਦ ਅਗਲਾ ਲੈਟਰ ਕੈਪੀਟਲ ਹੋ ਜਾਣਾ ਜੇ ਜੇ ਵੱਡਾ K L ਬਾਕੀ ਸਮਾਲ ਰਹ ਜਾਣੇ ਤਾਂ ਬੇਟਾ ਜੇ ਕੈਪੀਟਲ ਆ ਜਿਹੜਾ B1 ਦੇ ਵਿੱਚ ਦਿੰਦਾ ਪਿਆ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਦੇ ਵਿੱਚ ਕੀ ਕਹਿੰਦਾ ਪਿਆ ਵੀ ਜਿਹੜਾ ਪਹਿਲੇ ਦੂਆ ਦਾ ਕਿਰਤੀਆਂ ਦਾ ਆਪਸ ਦੇ ਵਿੱਚ ਰਿਲੇਸ਼ਨ ਆ ਉਹੀ ਤੀਜੀ ਤੇ ਚੌਥੀ ਦਾ ਰਿਲੇਸ਼ਨ ਹੋਊਗਾ ਕਵੈਸਚਨ ਆ ਕਵੈਸਚਨ ਫਿਗਰ ਹੈ ਆਨਸਰ ਫਿਗਰ ਦੇ ਵਿੱਚੋਂ ਦੇਖ ਕੇ ਦੱਸਣਾ ਵੀ ਜੋ ਇਹਨਾਂ ਦਾ ਸਬੰਧ ਹੈ ਉਹੀ ਸਬੰਧ ਇਹਦਾ ਅਸੀਂ ਸ਼ੋ ਕਰਨਾ ਹੈ ਇਹਦੇ ਵਿੱਚ ਠੀਕ ਹੈ ਤਾਂ ਅਸੀਂ ਬੇਟਾ ਐਸ ਆਕਿਰਤੀ ਨੂੰ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਵੀ ਕੀ ਰਿਲੇਸ਼ਨ ਦੇ ਵਿੱਚ ਚੱਲਦੀ ਪਈ ਹੈ ਠੀਕ ਹੈ ਬੇਟਾ ਤੇ ਜਦੋਂ ਬੇਟਾ ਅਸੀਂ ਦੇਖਦੇ ਹਾਂ ਆ ਦੇਖੋ ਪਹਿਲਾਂ ਤਾਂ ਕੀ ਸੀਗਾ ਵੀ ਪਹਿਲਾਂ ਚੱਕਰ ਬਾਹਰ ਸੀ ਤੇ ਵਰਗ ਅੰਦਰ ਸੀ ਠੀਕ ਹੈ ਦੂਜੇ ਪਾਸੇ ਜਾ ਕੇ ਵਰਗ ਬਾਹਰ ਆ ਗਿਆ ਚੱਕਰ ਅੰਦਰ ਆ ਗਿਆ ਪਰ ਇਹ ਚੇਂਜ ਹੋ ਗਏ ਜੇ ਪਹਿਲਾਂ ਕਿ ਇਧਰਲੇ ਪਾਸੇ ਵੱਡਾ ਸੀ ਹੁਣ ਇਧਰਲੀ ਕਿਰਤੀ ਆ ਵੱਡੀ ਹੈ ਤੇ ਉਦੋਂ ਛੋਟੀ ਫਿਰ ਉਦੋਂ ਛੋਟੀ ਹੈ ਪਹਿਲਾਂ ਐਸ ਲੋਟ ਸੀ ਫਿਰ ਐਸ ਲੋਟ ਹੋ ਗਏ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਇਹ ਉਪਰੋਂ ਥੱਲੇ ਨੂੰ ਚਲਦੇ ਪਏ ਆ ਅਗਲੀ ਵਾਰੀ ਦੇ ਵਿੱਚ ਕੀ ਹੋਊਗਾ ਆ ਜਿਹੜਾ ਵਰਗ ਬਾਹਰਲੇ ਪਾਸੇ ਨੂੰ ਆਜੂਗਾ ਵਰਗ ਵੱਡਾ ਇਧਰੋਂ ਵੱਡਾ ਛੋਟਾ ਫਿਰ ਉਦੋਂ ਛੋਟਾ ਇਸ ਤਰ੍ਹਾਂ ਆਜੂਗਾ ਠੀਕ ਹੈ ਬੇਟਾ ਇਸੇ ਸਿਮੇਟਰੀ ਦੇ ਵਿੱਚ ਤੇ ਬੇਟਾ b1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਉਸੇ ਤਰ੍ਹਾਂ ਹੀ ਆ ਵਰਗ ਵੱਡਾ ਹੋ ਕੇ ਬਾਹਰ ਨੂੰ ਚੱਕਰ ਅੰਦਰ ਫਿਰ ਓਦੋਂ ਛੋਟਾ ਫਿਰ ਓਦੋਂ ਛੋਟਾ ਠੀਕ ਹੈ ਤਾਂ ਮੇਰਾ ਖਿਆਲ ਹੈ ਸਿੰਪਲ ਜੀ ਗੱਲ ਹੈਗੀ ਹੈ ਸਾਫ਼ ਸਪਸ਼ਟ ਹੁੰਦਾ ਪਿਆ ਤਾਂ b1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਇੱਕ ਹੋਰ ਐਂਗਲ ਤੋਂ ਜਦੋਂ ਸੋਚੋਗੇ ਤਾਂ ਜੇ ਇਹਨੂੰ ਬੇਟਾ ਇਸ ਤਰ੍ਹਾਂ 180 ਡਿਗਰੀ ਤੇ ਕਿਰਤੀ ਨੂੰ ਘੁਮਾ ਦਵਾਂਗੇ ਤਾਂ ਇਹ ਘੁਮ ਕੇ ਆ ਚੀਜ਼ ਇੱਥੇ ਆ ਜੂ ਬਸ ਇੱਥੇ ਇੱਕ ਜਿਹੜਾ ਇਹਦੇ ਵਰਗੀ ਆ ਕਰਤੀ ਆ ਹੋਰ ਜੋੜ ਜਾਂਦੀ ਆ 180 ਡਿਗਰੀ ਦੇ ਉੱਤੇ ਐਸਾ ਕਰਤੀ ਨੂੰ ਘੁਮਾ ਦਿੱਤਾ ਜਾਂਦਾ ਆ ਤੁਹਾਨੂੰ ਸਮਝ ਲੱਗ ਗਈ ਬੇਟਾ 180 ਡਿਗਰੀ ਤੇ ਘੁਮਾ ਕੇ ਆ ਪੁਆਇੰਟ ਜਿਹੜਾ ਵੱਧ ਜਾਂਦਾ ਏਸੀ ਤਰਾਈ ਬੇਟਾ ਇਹਨੂੰ ਵੀ 180 ਡਿਗਰੀ ਤੇ ਘੁਮਾ ਦਿੱਤਾ ਜਾਊਗਾ ਠੀਕ ਹੈ 180 ਡਿਗਰੀ ਤੇ ਘੁਮਾ ਕੇ ਤੇ ਆ ਜਿਹੜੀਆਂ ਆਹ ਪੁਆਇੰਟ ਆ ਜਿਹੜੇ ਇਹ ਕੀ ਹੋ ਜਾਣਗੇ ਦੂਹੋ ਜਾਣਗੇ ਇਸ ਕਾਰਨਰ ਦੇ ਉੱਤੇ ਦੂਹੋ ਹੋ ਜਾਣਗੇ ਠੀਕ ਹੈ ਬੇਟਾ ਕਿਉਂਕਿ 180 ਡਿਗਰੀ ਦੇ ਉੱਤੇ ਘੁੰਮ ਕੇ a ਪੁਆਇੰਟ ਆ ਜਿਹੜੇ ਇੱਥੇ ਆ ਜਾਣਗੇ ਗੱਲ ਸਮਝ ਲੱਗ ਗਈ ਬੇਟਾ 180 ਡਿਗਰੀ ਤੇ ਇੱਥੋਂ ਇੱਥੇ ਘੁੰਮ ਕੇ ਆ ਜਾਣ ਆਜੂਗਾ ਆਹ ਪੁਆਇੰਟ ਤਾਂ ਬੇਟਾ a1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣਦਾ ਪਿਆ a1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਧਿਆਨ ਦੇ ਨਾਲ ਦੇਖੋ ਆ ਬੇਟਾ ਆਕਿਰਤੀਆਂ ਕਿਸ ਤਰ੍ਹਾਂ ਚਲਦੀਆਂ ट्रायंगल ਵਰਗ ਤੇ ਚੱਕਰ ਠੀਕ ਹੈ ਇਧਰਲਾ ਜਿਹੜਾ ਅੱਖ ਜਿਹੜਾ ਆਕਿਰਤੀ ਆ ਉਹ ਸਭ ਤੋਂ ਵੱਡੀ ਹੋ ਜਾਂਦੀ ਹੈ ट्रायंगल ਸੈਂਟਰ ਦੇ ਵਿੱਚ ਆ ਕੇ ਵਰਗ ਉੱਪਰ ਚਲਾ ਜਾਂਦਾ ਆ ਦੋਵੇਂ ਉੱਪਰ ਥੱਲੇ ਆ ਆ ਸੈਂਟਰ 'ਚ ਆ ਜਾਂਦਾ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ट्रायंगल ਵੱਡੀ ਹੋ ਜਾਊਗੀ ट्रायंगल ਵੱਡੀ ਹੋ ਜੂਗੀ ਆ ਵਰਗ ਸੈਂਟਰ 'ਚ ਆ ਜੂਗਾ ਤੇ ਆ ਜ਼ੀਰੋ ਵਾਲੀ ਆਕਿਰਤੀ ਆ ਜਿਹੜੀ ਉਹਦੇ ਉੱਪਰ ਚਲੀ ਜਾਊਗੀ ਤਾਂ ਟ੍ਰਾਇੰਗਲ ਵੱਡੀ ਕਿਹਦੇ 'ਚ ਹੁੰਦੀ ਪਈ ਬੇਟਾ ਇੱਕੋ ਦੇ ਵਿੱਚ ਹੀ ਵੱਡੀ ਹੁੰਦੀ ਪਈ ਹੈ ਸੀ 1 ਅਕਿਰਤੀ ਦੇ ਵਿੱਚ ਠੀਕ ਹੈ ਤਾਂ ਸੀ 1 ਸਾਡਾ ਰਾਈਟ ਆਨਸਰ ਆਊਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਤਾਂ ਬੇਟਾ ਆਹ 20 ਹੈ ਇਹ ਦੇ ਬੇਟਾ ਚਾਰ ਕੋਰਨਰ ਹੈ 1 2 3 4 5 ਇਹਦੇ ਤੋਂ ਚਾਰਾਂ ਤੋਂ ਅੱਗੇ ਕੀ ਬਣ ਗਿਆ ਸਟਾਰ ਅਕਿਰਤੀ ਅਲੱਗ ਹੋਊਗੀ ਤਾਂ ਬੇਟਾ ਇਹਦੀਆਂ 4 ਭੁਜਾਵਾਂ ਸੀ ਇਹ 5 ਭੁਜਾਵਾਂ ਵਾਲਾ 5 ਨੁਕਰਾਂ ਵਾਲਾ ਤਾਰਾ ਬਣ ਗਿਆ 1 2 3 4 5 ਆਹ ਬੇਟਾ ਕਿੰਨੀਆਂ 1 2 3 4 1 2 3 4 5 6 6 ਭੁਜਾਵਾਂ ਵਾਲੀ ਇਹ ਕਿੱਤੀ ਆ ਬੰਦ ਇਹਦੇ ਤੋਂ ਬੇਟਾ 7 ਕੋਰਨਰ ਵਾਲਾ ਜਿਹੜਾ ਸਟਾਰ ਆ ਉਹ ਬਣ ਜਾਊਗਾ ਠੀਕ ਹੈ ਤਾਂ ਆਪਾਂ ਗਿਣ ਲੈਨੇ ਕਿਹੜੇ ਸਟਾਰ ਦੇ 7 ਆ ਜਿਹੜੇ ਉਹ ਬਣ ਰਹੇ ਆ ਕੋਰਨਰ ਬਣ ਰਹੇ ਆ ਤਾ ਇਹਦੇ ਤਾਂ 6 ਹੈ 1 2 3 4 5 6 7 8 1 2 3 4 5 6 7 8 ਨਹੀਂ 7 ਬਣਨਗੇ 1 2 3 4 5 6 7 1 2 3 4 5 6 7 ਤਾਂ 6 ਹੈ ਇੱਕ ਵੱਧ ਬਣੂਗਾ 7 ਤਾਂ ਬੇਟਾ D1 ਹੈ ਜਿਹੜਾ ਇਹਦਾ ਰਾਈਟ ਆਨਸਰ ਆ ਜਾਊਗਾ 20 ਨੰਬਰ ਕਿਤੀ ਦਾ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ